ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਨ ਮੁੱਦੇ ਦੀ ਗੱਲ 'ਤੇ ਆਉਣਾ ਮੈਂ। ਦਸ ਤਰੀਕ ਨੂੰ, ਅਗਸਤ ਨੂੰ ਮੈਂ ਜਿੰਮ ਤੋਂ ਬਾਹਰ ਆ ਰਿਹਾ ਸੀਗਾ, ਜਿੰਮ ਤੋਂ ਵਾਪਸ ਆ ਰਿਹਾ ਸੀ ਅਤੇ ਮੈਨੂੰ ਮੇਰੇ ਲਾਇਰਸ ਦਾ ਫੋਨ ਆਇਆ, ਕਹਿੰਦੇ ਸਿੰਘੇ ਤੇਰੇ 'ਤੇ ਇੱਕ FIR ਕੱਟੀ ਗਈ ਹੈ 294 ਦੀ ਕਪੂਰਥਲਾ। ਅਤੇ ਆਫਟਰ 3-4 ਦਿਨ ਬਾਅਦ ਉਸੇ ਗਾਣੇ 'ਤੇ FIR ਕੱਟੀ ਗਈ ਸੀ ਅਜਨਾਲੇ 295A ਦੀ। ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਹੈਗਾ, ਮੈਂ ਇਸ ਵੇਲੇ ਵੀ ਸੋਹਾਣਾ ਸਾਹਿਬ ਗੁਰਦੁਆਰੇ ਸਾਹਮਣੇ ਹੀ ਹਾਂ। ਵਾਹਿਗੁਰੂ ਮੱਥੇ ਲੱਗਦਾ ਮੇਰੇ, ਮੈਂ ਹਮੇਸ਼ਾ ਹਰ ਧਰਮ ਦਾ ਸਤਿਕਾਰ ਕੀਤਾ, ਚਾਹੇ ਮੈਂ ਇਕੱਲਾ ਹੋਵਾਂ, ਚਾਹੇ ਦੁਨੀਆਂ ਦੇ ਵਿੱਚ ਕਿਸੇ ਨਾਲ ਬੈਠਾ ਉੱਠਾ ਹੋਵਾਂ। ਸੋ ਗੱਲ ਹੈਗੀ ਇਹ ਕਿ ਜਦੋਂ ਮੇਰੇ ਲਾਇਰ ਨੇ ਦੱਸਿਆ ਮੈਨੂੰ, ਕਹਿੰਦੇ ਸਿੰਘੇ ਤੇਰੇ 'ਤੇ ਪਰਚਾ ਕੱਟਿਆ ਗਿਆ, ਠੀਕ ਹੈ ਜੀ, ਜੇ ਮੈਂ ਗਲਤੀ ਕੀਤੀ ਤਾਂ ਸਜ਼ਾ ਬਣਦੀ ਹੈ ਜੀ ਮੇਰੀ, ਜੇ ਮੈਂ ਗਲਤੀ ਕੀਤੀ। ਪਰ ਜੇ ਇਹੀ ਪਰਚੇ ਬਲੈਕਮੇਲਿੰਗ ਲਈ ਕੱਟੇ ਜਾਣ ਤਾਂ ਕੀ ਬਣੂਗਾ ਦੁਨੀਆਂ ਦਾ, ਇਹ ਦੱਸੋ ਮੈਨੂੰ। ਅੱਜ ਇਹ ਸੱਚ ਦੁਨੀਆਂ ਸਾਹਮਣੇ ਰੱਖਦਾ ਮੈਂ ਕਿ ਇੱਥੇ ਇਹ ਰਿਵਾਜ ਚੱਲਦਾ ਜੀ, 295 ਦਾ ਪਰਚਾ ਕੱਟ ਦਿਓ, 10 ਲੱਖ ਰੁਪਈਆ ਮੰਗ ਲਓ ਕਿਸੇ ਤੋਂ। 10 ਲੱਖ ਰੁਪਈਆ ਮੰਗਿਆ ਗਿਆ ਮੇਰੇ ਤੋਂ, ਮੇਰੇ 'ਤੇ ਪਰਚੇ ਕਟਾ ਗਏ। ਫਿਰ ਕਹਿੰਦੇ ਪਤਾ ਕੀ ਆ, ਅਸੀਂ ਧਰਮ ਦਾ ਸਤਿਕਾਰ ਕਰਦੇ ਹਾਂ ਜੀ, ਅਸੀਂ ਤਾਂ ਨਿਆਣਿਆਂ ਨੂੰ ਸਿੱਧੇ ਰਾਹ ਪਾਉਂਦੇ ਹਾਂ। ਮੇਰੇ ਕੋਲ ਸਾਰੇ ਪ੍ਰੂਫ ਪਏ ਨੇ, ਹਰ ਚੀਜ਼ ਦਾ ਪ੍ਰੂਫ ਪਿਆ ਮੇਰੇ ਕੋਲ। ਤੁਹਾਨੂੰ ਸਾਈਡ ਇਫੈਕਟ ਦੱਸਾਂ ਪਰਚੇ ਕੱਟਣ ਦਾ ਕੀ ਹੁੰਦਾ, ਮਾਪੇ ਪਰੇਸ਼ਾਨ ਹੁੰਦੇ ਨੇ, ਮੇਰਾ ਪਿਓ ਜਿੰਨਾ ਪਰੇਸ਼ਾਨ ਹੋਇਆ ਨਾ, ਮੈਨੂੰ ਪਤਾ। ਮੇਰੇ ਪਿਓ ਨੇ ਮੈਨੂੰ ਗਾਲਾਂ ਵੀ ਕੱਢੀਆਂ, ਜਦ ਇਸ ਉਮਰ 'ਚ ਆ ਕੇ ਮੈਂ ਇੰਨਾ ਕੁਛ ਕਰਕੇ ਦੇ ਸਕਦਾ ਆਪਣੇ ਪਿਓ ਨੂੰ ਨਾ, ਤਾਂ ਮੈਂ ਉਹਦੇ ਲਈ ਜਾਨ ਵੀ ਦੇ ਸਕਦਾ। ਮੇਰੇ ਪਿਓ ਨੇ ਮੈਨੂੰ ਕਿਹਾ ਕਿ ਤੂੰ ਪਹਿਲਾਂ ਹੀ ਮਰ ਜਾਂਦਾ ਚੰਗਾ ਸੀ। ਮੇਰਾ ਕਿਸੇ ਧਰਮ ਨਾਲ ਕੋਈ ਲੈਣਾ ਦੇਣਾ ਨਹੀਂ ਆ, ਮੈਂ ਸਾਰਿਆਂ ਦਾ ਸਤਿਕਾਰ ਕਰਦਾ, ਕਦੇ ਕਿਸੇ ਦਾ ਮੈਂ ਪਿੱਠ 'ਤੇ ਵੀ ਇਕੱਲੇ ਨੇ ਵੀ ਕਦੇ ਕਿਸੇ ਦੀ, ਜਿੱਦਾਂ ਲੋਕ ਕਰਦੇ ਨੇ ਨਾ ਮੂੰਹ 'ਤੇ ਸਾਰੇ ਚੰਗਾ ਚੰਗਾ ਕਹਿੰਦੇ ਨੇ, ਮੈਂ ਸਾਰਿਆਂ ਨੂੰ ਚੰਗਾ ਹੀ ਕਹਿੰਦਾ, ਮੇਰੇ ਲਈ ਸਾਰੇ ਇੱਕ ਬਰਾਬਰ ਨੇ। ਪਰ ਮੈਨੂੰ ਬਲੈਕਮੇਲ ਕਰਕੇ ਮੇਰੇ ਤੋਂ 10 ਲੱਖ ਰੁਪਈਆ ਮੰਗਿਆ ਗਿਆ, ਉਹ ਵੀ ਚੱਲ ਠੀਕ ਹੈ ਸਿੰਘਾ, ਉਹ ਵੀ ਸਹਿਜੂ, ਪਰ ਮੇਰਾ ਪਿਓ ਜਿੰਨਾ ਪਰੇਸ਼ਾਨ ਹੋਇਆ ਨਾ, ਇਸ ਕਰਕੇ ਮੈਂ ਇਹ ਦੁਨੀਆਂ ਦੇ ਸਾਹਮਣੇ ਲਿਆ ਕੇ ਰੱਖ ਰਿਹਾ, ਨਹੀਂ ਤਾਂ ਮੈਨੂੰ ਕੋਈ ਲੋੜ ਨਹੀਂ ਸੀ ਗੱਲ ਕਰਨ ਦੀ, ਕਿਉਂਕਿ 4-5 ਮਹੀਨਿਆਂ ਤੋਂ ਇਨਕੁਆਇਰੀ ਨਹੀਂ ਲੱਗਣ ਰਹੀ ਹੈਗੀ। ਸ਼ਾਇਦ ਜੇ ਇਨਕੁਆਇਰੀ ਲੱਗ ਜਾਂਦੀ ਮੈਂ ਇਹ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ ਹੀ ਨਾ। ਮੇਰਾ ਪਿਓ
ਕਦੇ ਇਸ ਥਾਣੇ ਕਦੇ ਉਸ ਥਾਣੇ। ਇੱਕ ਸਾਰੀ ਗਲਤੀ ਨਹੀਂ ਹੈਗੀ ਸਾਡੀ, ਇੱਕ ਉੱਪਰੋਂ ਬਲੈਕਮੇਲ ਕਰਕੇ ਪੈਸੇ ਮੰਗੇ ਗਏ ਨੇ, ਹਰ ਪ੍ਰੂਫ ਮੇਰੇ ਕੋਲ ਪਿਆ। ਹੁਣ ਮੈਂ ਦੁਨੀਆ ਦੇ ਸਾਹਮਣੇ ਦੱਸੂਗਾ ਇੱਕ ਚੰਗਾ ਬੰਦਾ ਵਿਗੜਿਆ ਕੀ ਹੁੰਦਾ। ਮੈਨੂੰ ਧਮਕੀ ਦਿੱਤੀ ਗਈ ਵੀ ਤੈਨੂੰ ਆਲੀ ਸਟੇਜ ਤੋਂ ਚੁਕਾ ਦੇਣਾ ਸੀਗਾ, ਸਾਡੇ ਤਾਂ ਇੰਨੇ ਬੰਦੇ 40-50 ਬੰਦੇ ਇੱਥੇ ਚੰਡੀਗੜ੍ਹ ਘੁੰਮਦੇ ਆ, ਮੈਂ ਇਕੱਲਾ ਹੀ ਘੁੰਮਦਾ। ਪਰ ਧਿਆਨ ਨਾਲ ਮੇਰੇ ਵੀਰੇ, 21 ਬੰਦਿਆਂ ਦਾ ਮੇਲ ਦੇ ਵਿੱਚ ਨਾਮ ਲਿਖ ਕੇ ਆਇਆ ਮੈਂ, ਚਾਹੇ ਕਿਸੇ ਨੇ ਮੇਰੇ ਨਾਲ ਮਾੜੀ ਕੀਤੀ, ਚਾਹੇ ਕਿਸੇ ਨੇ ਮੇਰੇ ਤੇ ਇੰਟਰਵਿਊ ਦਿੱਤੀ ਹੈ, ਉਹ 21 ਬੰਦਿਆਂ ਦੇ ਨਾਮ ਮੇਲ 'ਚ ਪਏ ਨੇ। ਕੱਲ ਨੂੰ ਮੈਨੂੰ ਜਾਂ ਮੇਰੇ ਪਿਓ ਨੂੰ ਇੱਕ ਬਾਲ ਬਿੰਗਾ ਵੀ ਹੋ ਗਿਆ ਨਾ, ਉਹ ਸਾਰੇ ਚੁਕਾਊਂਗਾ ਮੈਂ। ਮੈਂ ਤੁਹਾਡੇ ਤੋਂ ਕੁਛ ਨਹੀਂ ਲੈਣਾ, ਤੁਸੀਂ ਆਪਣਾ ਕੰਮ ਕਰੋ, ਮੈਂ ਆਪਣਾ ਕੰਮ ਕਰਦਾ। ਪਰ ਮੇਰੀ ਫੈਮਿਲੀ ਦੇ ਜਿਹੜੀ ਗੱਲ ਆਊਗੀ ਮੈਂ ਨਹੀਂ ਸੁਣੂਗਾ। ਮੇਰਾ ਪਿਓ ਪਰੇਸ਼ਾਨ ਹੋਇਆ ਜਿੰਨਾ ਨਾ, ਉਹ ਦਿਲ ਚ ਦੁਕਾਈ ਬੈਠਾ ਮੈਂ। ਚਾਹੇ ਪੈਸੇ ਵਾਲਾ ਹਿਸਾਬ ਕਿਤਾਬ, ਇੱਕ ਸਾਰੀ ਸਮਝ ਨਹੀਂ ਆਉਂਦੀ ਮੈਨੂੰ। ਵਾਹਿਗੁਰੂ ਦੇ ਸਾਹਮਣੇ ਆ, ਮੇਰੇ ਸਾਹਮਣੇ ਮੈਂ ਪਰਮਾਤਮਾ ਨੂੰ ਮੰਨਦਾ। ਅੱਜ ਸੁਹਾਣਾ ਸਾਹਿਬ ਗੁਰਦੁਆਰੇ ਦੇ ਸਾਹਮਣੇ ਮੈਂ ਹੱਥ ਜੋੜ ਕੇ, ਇੱਕ ਮੈਂ ਕਹਿੰਦਾ ਯਾਰ ਬਾਬਾ ਜੀ ਮੈਂ ਦਿਲ ਤੋਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ, ਪਰ ਫਿਰ ਵੀ ਲੋਕ ਇੱਕ ਪੈਸੇ ਲਈ ਬਲੈਕਮੇਲ ਕਰਦੇ ਹੋ ਤੁਸੀਂ ਕਿਸੇ ਨੂੰ, ਕਰ ਲਓਗੇ? ਮੈਨੂੰ ਪਤਾ ਪੰਜਾਬੀ ਸਿੰਗਰ ਹੋਏ ਨੇ ਬਲੈਕਮੇਲ, ਉਹਨਾਂ ਨੇ ਪੈਸੇ ਦਿੱਤੇ ਨੇ, ਇਹਨਾਂ ਨੂੰ ਲੱਗਾ ਸਿੰਘੇ ਨੂੰ ਵੀ ਬਲੈਕਮੇਲ ਕਰ ਲਾਂਗੇ, ਇਹ ਤੋਂ ਵੀ 10 ਲੱਖ ਮੰਗ ਲਾਂਗੇ, ਚੱਲ ਕਿਤੇ ਤਾਂ ਗੱਲ ਮੁੱਕੂਗੀ। ਹਰ ਗੱਲ ਦਾ ਪ੍ਰੂਫ ਪਿਆ ਮੇਰੇ ਕੋਲ। ਐਕਚੁਅਲੀ ਬੰਦਾ ਇਹਨਾਂ ਨੂੰ ਕੋਈ ਟੱਕਰਿਆ ਨਹੀਂ ਚੱਜ ਦਾ, ਸੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ। ਭਗਵੰਤ ਮਾਨ ਜੀ ਤੇ ਮਿਸਿਜ਼ ਭਗਵੰਤ ਮਾਨ ਮੈਡਮ ਜੀ, ਇੱਕ ਵਾਰ ਸੋਚ ਕੇ ਦੇਖੋ, ਤੁਹਾਡੇ ਜਵਾਕ ਨੇ ਨਾਂ ਬਣਾਇਆ ਹੋਵੇ, ਮਿਹਨਤ ਕੀਤੀ ਹੋਵੇ, ਤੇ ਏਦਾਂ ਦੇ ਲੋਕ ਆ ਕੇ ਬਲੈਕਮੇਲ ਕਰਨ, ਝੂਠੇ ਪਰਚੇ ਦੇ ਕੇ, ਤਾਂ ਤੁਹਾਡੇ ਤੇ ਕੀ ਬੀਤੂਗੀ? ਮੈਨੂੰ ਬਦਨਾਮ ਕੀਤਾ ਗਿਆ ਹਰ ਨਿਊਜ਼ ਚੈਨਲ ਤੇ, ਸਿੰਘੇ ਤੇ ਹੋਈ ਜੀ FIR 200 ਲੱਗੀ 95 ਧਾਰਾ, ਮੇਰਾ ਕੰਮ ਖੜਿਆ, ਮੇਰੇ ਸ਼ੋਅ ਖੜੇ, ਮੈਨੂੰ 2 ਫਿਲਮਾਂ ਆਉਂਦੀਆਂ ਸੀ। ਸੋ ਭਗਵੰਤ ਮਾਨ ਜੀ, ਮੈਂ ਇੱਕੋ ਹੀ ਤੁਹਾਡੇ ਅੱਗੇ ਰਿਕੁਐਸਟ ਕਰਦਾ, ਪਲੀਜ਼ ਇਹਦੀ ਇਨਕੁਆਇਰੀ ਜਲਦੀ ਕੀਤੀ ਜਾਵੇ। ਮੇਰੇ ਕੋਲ ਜਿੰਨੇ ਪ੍ਰੂਫ ਨੇ ਮੈਂ ਦੇਣ ਨੂੰ ਤਿਆਰ ਹਾਂ, ਪਰ ਪਲੀਜ਼ ਮੇਰੇ ਪਰਿਵਾਰ ਤੋਂ ਹੋਰ ਨਹੀਂ ਸਹਿ ਹੁੰਦਾ ਜੀ, ਮੈਂ ਬਾਪੂ ਦੀ ਹੋਰ ਟੈਨਸ਼ਨ ਨਹੀਂ ਦੇਖ ਸਕਦਾ। ਚਾਹੇ ਮੈਨੂੰ ਮਰ ਕੇ ਨਾ ਵਾਪਸ ਆਉਣਾ ਪਵੇ, ਪਰ ਪਿਓ ਦੀ ਟੈਨਸ਼ਨ ਨਹੀਂ ਦੇਖ ਸਕਦਾ ਮੈਂ।
ਸੋ ਪਲੀਜ਼ ਮੇਰੀ ਇੱਕ ਬੇਨਤੀ ਹੈ ਜੀ, ਪਲੀਜ਼ ਮੇਰੀ ਗੱਲ ਨੂੰ ਸੁਣਿਆ ਜਾਵੇ, ਗੌਰ ਕੀਤਾ ਜਾਵੇ ਅਤੇ ਜਿਹੜੀ ਬਣਦੀ ਕਾਰਵਾਈ ਆ ਇਨਕੁਆਇਰੀ ਕੀਤੀ ਜਾਵੇ ਜਲਦੀ ਤੋਂ ਜਲਦੀ, ਅਤੇ ਮੈਨੂੰ ਇਹਦੇ 'ਚੋਂ ਕੱਢਿਆ ਜਾਵੇ ਜਲਦੀ। ਜੇ ਮੈਂ ਗਲਤ ਹਾਂ ਮੈਨੂੰ ਸਜ਼ਾ ਦਿੱਤੀ ਜਾਵੇ, ਜੇ ਮੈਂ ਸਹੀ ਹਾਂ ਫਿਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਸੋ ਬਹੁਤ ਬਹੁਤ ਧੰਨਵਾਦ ਜੀ ਗੱਲ ਸੁਣਨ ਲਈ, ਬਸ ਇੰਨੀ ਕੁ ਗੱਲ ਕਰਨੀ ਸੀ, ਅਤੇ ਬਾਕੀ ਰੱਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਸਾਰਿਆਂ ਨੂੰ, ਖੁਸ਼ ਰਹੋ ਆਬਾਦ ਰਹੋ, ਲਵ ਯੂ ਤੁਹਾਨੂੰ ਸਾਰਿਆਂ ਨੂੰ।